ਲੁਧਿਆਣਾ ਦੇ ਸ਼ਿਮਲਾਪੁਰੀ ਵਿੱਚ ਗੁਰਦੁਆਰੇ ਦੇ ਰਾਹ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜ਼ਬਰਦਸਤ ਵਿਵਾਦ ਹੋ ਗਿਆ। ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਜ਼ਬਰਦਸਤ ਇੱਟਾਂ, ਪੱਥਰ ਅਤੇ ਡਾਂਗਾਂ ਚੱਲੀਆਂ। ਗੁਰਦੁਆਰੇ ਦੇ ਜਾਣ ਵਾਲੇ ਰਾਹ ਤੇ ਦੂਜੀ ਧਿਰ ਵੱਲੋਂ ਦੀਵਾਰ ਬਣਾਉਣ ਕਾਰਨ ਵਿਵਾਦ ਜ਼ਬਰਦਸਤ ਝਗੜੇ ਦਾ ਰੂਪ ਧਾਰਨ ਕਰ ਗਿਆ। ਸੂਚਨਾ ਮਿਲਦਿਆਂ ਹੀ ਭਾਰੀ ਗਿਣਤੀ ਵਿੱਚ ਪੁਲਿਸ ਮੌਕੇ ਤੇ ਪਹੁੰਚ ਗਈ। ਘਟਨਾ ਵਿੱਚ ਕਰੀਬ ਅੱਧਾ ਦਰਜਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਝਗੜੇ ਦੌਰਾਨ ਜ਼ਖਮੀ ਮਨਜੀਤ ਕੌਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ SGPC ਵੱਲੋਂ ਆਏ ਲੋਕਾਂ ਨੇ ਉਨ੍ਹਾਂ ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਥਾਨਕ ਗੁਰਦੁਆਰੇ ਦਾ ਜਾਣ ਵਾਲਾ ਰਸਤਾ ਖੋਲ੍ਹਿਆ ਜਾਵੇ। ਹਾਂਜੀ ਬੀਬੀ, ਕੀ ਨਾਮ ਹੈ ਆਪਣਾ? ਹਾਂ, ਕੀ ਮਾਮਲਾ ਹੋਇਆ ਜੀ? ਮਾਮਲਾ ਇਹ ਆ ਜੀ, ਅਸੀਂ ਤਾਂ ਗੁਰੂ ਘਰ ਦੀ ਖਾਤਰ ਬੈਠੇ ਆ, ਉੱਥੇ ਗੁਰੂ ਘਰ ਦੀ ਖਾਤਰ ਨੂੰ ਜਗ੍ਹਾ ਲੈ ਰਹੇ ਆ, ਗੇਟ ਬੰਦ ਕਰ ਰਹੇ ਨੇ। ਅਸੀਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਗੇਟ ਜੋ ਤੁਹਾਡਾ ਸਾਡਾ ਗਲੀ ਛੱਡ ਦੋ। ਇਹ ਕਹਿੰਦੇ ਜੀ ਨੇ ਅਸੀਂ ਗਲੀ ਨਹੀਂ ਛੱਡਣੀ। ਅਸੀਂ ਇਹਨਾਂ ਨੂੰ ਉੱਥੇ ਬੈਠੇ ਆ, ਬੈਠਿਆਂ ਨੂੰ ਸਤਨਾਮ ਦਾ ਜਪ ਕਰ ਰਹੇ ਆ। ਪਰ ਇਸ ਕਰਕੇ ਇਹਨਾਂ ਨੇ ਜਦੋਂ ਬੰਦੇ ਪਿੱਛੋਂ ਆਏ ਉਹਨਾਂ ਨੇ ਬੰਦਿਆਂ ਨੇ ਪਿੱਛੇ ਪਹਿਲਾਂ ਤਾਂ ਚਾਲੀਆਂ ਨਾਲ ਧੱਕਿਆ ਜੀ। ਫਿਰ ਇਹਨਾਂ ਨੇ ਸਾਡੇ ਉੱਥੇ ਪਿੱਛੇ ਉਹ ਬੰਦੇ ਘੜੀਸੇ, ਦੋ ਮੁੰਡਾ ਛੋਟਾ ਜਿਹਾ ਬੱਚਾ, ਉਹਨੂੰ ਕੋਈ ਘੜੀਸਿਆ। ਅਸੀਂ ਉਹ ਬੱਚਿਆਂ ਬੰਦਿਆਂ ਨੂੰ ਫੜਨ ਲੱਗੇ, ਬੱਚਿਆਂ ਨੂੰ ਆਪਣੇ ਨੂੰ। ਇਹਨਾਂ ਨੇ ਇੱਕ ਬੰਦੇ ਜੈਂਟਸ ਨੇ ਮੇਰੇ ਚਪੇੜ ਮਾਰੀ। ਗੁਰਦੁਆਰੇ ਚ ਕੱਢ ਕੱਢੀ ਜਾਂਦੇ ਨੇ, ਕੱਢਦੇ ਨੇ, ਤੁਸੀਂ ਬਾਹਰ ਨਿਕਲੋ, ਹੁਣ ਬਾਹਰ ਨਿਕਲੋ। ਡਾਂਗਾਂ ਚਲਾਈਆਂ ਨਾਲ ਮਾਰਦੇ ਨਾਲੇ। ਕੀ ਮੰਗ ਆ ਤੁਹਾਡੀ? ਸਾਡੀ ਇਹ ਮੰਗ ਆ ਜੀ, ਅਸੀਂ ਗੁਰੂ ਘਰ ਗੇਟ ਰਸਤਾ ਬੰਦ ਨਹੀਂ ਕਰਦਾ, ਸਾਨੂੰ ਗੁਰੂ ਘਰ ਨੂੰ ਰਸਤਾ ਦਿੱਤਾ ਜਾਵੇ। ਅਸੀਂ ਇਸ ਤੇ ਇਹਨਾਂ ਦੇ ਬਹੁਤ ਧੰਨਵਾਦੀ ਆ। ਤੁਹਾਡੇ ਵੀ ਸੱਟਾਂ ਲੱਗੀਆਂ? ਹਾਂਜੀ, ਆ ਸੱਟਾਂ ਦੇ। ਹਰਪਾਲ ਸਿੰਘ ਵਾਈਸ ਪ੍ਰਧਾਨ SGPC ਨੇ ਕਿਹਾ ਕਿ 17 ਏਕੜ ਜ਼ਮੀਨ SGPC ਦੀ ਹੈ, ਜਿਸ ਦਾ ਪ੍ਰਬੰਧ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖ ਰਹੀ ਹੈ, ਜਿਸ ਨੂੰ ਲੈ ਕੇ ਹਾਈਕੋਰਟ ਵੱਲੋਂ ਪ੍ਰਬੰਧ ਆਪਣੇ ਹੱਥ ਵਿੱਚ ਲੈਣ ਦੇ ਹੁਕਮ ਦਿੱਤੇ ਗਏ ਨੇ। ਪਰ ਅੱਜ ਇਹ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕਾਂ ਵੱਲੋਂ ਰੌਲਾ ਪਾ ਦਿੱਤਾ ਗਿਆ, ਜਦਕਿ ਇਸ ਦਾ ਮੁੱਖ ਗੇਟ ਦੂਜੇ ਪਾਸੇ ਹੈ, ਜਿਹੜਾ ਗਲਤ ਤਰੀਕੇ ਨਾਲ ਇਹਨਾਂ ਨੇ ਇੱਥੇ ਗੇਟ ਕੱਢ ਦਿੱਤਾ। ਉਹਨਾਂ ਦੋਸ਼ ਲਗਾਇਆ ਕਿ ਇਹਨਾਂ ਲੋਕਾਂ ਨੇ ਉਹਨਾਂ ਤੇ ਗੁਰਦੁਆਰਾ ਸਾਹਿਬ ਦੀ ਛੱਤ ਤੇ ਰੱਖੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਹਨਾਂ ਦੇ ਆਰੋਪ ਲਗਾਏ ਜਾ ਰਹੇ ਨੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਕਿ ਉਹਨਾਂ ਦਾ ਰਾਸਤਾ ਵੀ ਬੰਦ ਕਰ ਦਿੱਤਾ ਗਿਆ ਹੈ। ਬਈ, ਇਹਦੇ ਬਾਰੇ ਤੁਹਾਡੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਇਹ 17 ਏਕੜ ਜ਼ਮੀਨ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਜਿਸ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗਿੱਲ ਧਰਮਸ਼ਾਲਾ ਇਹਦਾ ਪ੍ਰਬੰਧ ਦੇਖ ਰਹੀ ਹੈ। ਇਹਦੇ ਵਿੱਚ ਹਾਈਕੋਰਟ ਦੇ ਸਟੈਂਡਿੰਗ ਆਰਡਰ ਨੇ ਵੀ ਨਜਾਇਜ਼ ਕਬਜ਼ਿਆਂ ਨੂੰ ਰੋਕਣ ਦੇ ਲਈ ਇਹਦੇ 4 ਦੀਵਾਰੀ ਕਰ ਲਈ ਜਾਵੇ। ਇਹਦੇ 15 ਦਿਨ ਦੇ ਸਾਡੇ ਲੇਬਰ ਮਜ਼ਦੂਰ ਸਾਰੇ ਲੱਗੇ ਹੋਏ ਨੇ, ਲੋਕਲ ਕਮੇਟੀ ਦੇਖ ਰਹੀ ਹੈ, ਸਾਡੀ ਸ਼੍ਰੋਮਣੀ ਕਮੇਟੀ ਦੇ ਸਾਰੇ ਅਧਿਕਾਰੀ ਦੇਖ ਰਹੇ ਨੇ, 4 ਦੀਵਾਰੀ ਹੋ ਰਹੀ ਹੈ। ਲੇਕਿਨ ਜਿੱਥੇ ਅੱਜ ਇਹਨਾਂ ਨੇ ਜਿਹੜੇ ਇੱਥੋਂ ਦੇ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਨੇ ਜਾਂ ਉਹਨਾਂ ਨੇ ਜਾਂ ਕਿਸੇ ਹੋਰ ਬੰਦਿਆਂ ਨੇ ਰੌਲਾ ਪਾਇਆ, ਉਹਦੇ ਲਈ ਮੈਂ ਸਪਸ਼ਟ ਗੱਲ ਦੱਸਣੀ ਚਾਹੁੰਦਾ ਤੁਹਾਨੂੰ। ਗੁਰਦੁਆਰਾ ਸਾਹਿਬ ਦਾ ਗੇਟ ਜਿਹੜਾ ਹੈਗਾ, ਉਹਨਾਂ ਦਾ ਮੇਨ ਦਰਵਾਜ਼ਾ ਦੂਸਰੀ ਸਾਈਡ 'ਤੇ ਆ। ਇਹਨਾਂ ਨੇ ਨਜਾਇਜ਼ ਤੌਰ 'ਤੇ ਇਸ ਪਾਸੇ ਨੂੰ ਰਸਤਾ ਕੱਢਿਆ, ਇੱਧਰ ਕੋਈ ਉਹਨਾਂ ਦਾ ਥਾਂ ਨਹੀਂ ਹੈਗਾ। ਜਿੰਨੀਆਂ ਗਲੀਆਂ ਵੀ ਬੰਦ ਕੀਤੀਆਂ ਗਈਆਂ ਨੇ ਉਹ ਇੱਥੋਂ ਤੱਕ ਗਲਤ ਸੀਗੀਆਂ, ਉਹ ਤਾਂ ਬੰਦ ਕੀਤੀਆਂ ਨੇ। ਅਤੇ ਹੁਣ ਇਹ ਅੱਜ ਲੌਂਗੋਵਾਲ ਸਾਹਿਬ ਕੋਲ ਗਏ ਨੇ, ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਕੋਲ। ਉਹਨਾਂ ਨੇ ਮੇਰੀ ਡਿਊਟੀ ਲਈ, ਮੈਂ ਇੱਥੇ ਬੈਠਾ ਕਿੰਨੇ ਦਿਨ ਦਾ, ਅਤੇ ਅੱਜ ਵੀ ਮੈਂ ਸਵੇਰੇ 7 ਦਾ ਇੱਥੇ ਬੈਠਾ, ਮੇਰੇ ਕੋਲ ਨਹੀਂ ਆਏ ਇਹ ਲੌਂਗੋਵਾਲ ਸਾਹਿਬ ਕੋਲ ਚਲੇ ਗਏ। ਉੱਥੋਂ ਆ ਕੇ ਉਹਨਾਂ ਨੇ ਆਏ ਆਉਣ ਤੋਂ ਪਹਿਲਾਂ ਇਹਨੇ ਜਦੋਂ ਸਾਡੇ ਉੱਥੇ ਲੇਬਰ ਕੰਮ ਕਰ ਰਹੀ ਸੀ ਕੋਠੇ 'ਤੇ, ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਉੱਪਰ ਛੱਤ ਦੇ ਪੱਥਰ ਰੱਖੇ ਹੋਏ ਸੀਗੇ, ਮੁੰਡਿਆਂ ਨੇ ਪੱਥਰ ਮਾਰੇ, ਉਹਨਾਂ ਨੇ ਪੱਥਰ ਮਾਰੇ ਮੁੰਡਿਆਂ ਦੇ ਸਾਡਿਆਂ ਦੇ, ਜਿਹਦੇ ਨਾਲ ਉਹਨਾਂ ਦੀ ਕਾਫੀ ਸੱਟਾਂ ਵੀ ਲੱਗੀਆਂ ਨੇ। ਉਹ ਤੋਂ ਬਾਅਦ 'ਚ ਅਤੇ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ ਲਿਆ ਕੇ ਨੀਹਾਂ ਦੇ ਵਿੱਚ ਉੱਥੇ ਰੋਕ ਦਿੱਤਾ ਵੀ ਕੰਮ ਰੋਕਣ ਦੀ, ਵੀ ਸਾਡਾ ਕੰਮ ਰੋਕੋ, ਜਦਕਿ ਇਹਨਾਂ ਦਾ ਇਹ ਸਾਰਾ ਸਰਾਸਰ ਨਜਾਇਜ਼ ਗਲਤ ਕੰਮ ਕਰ ਰਹੇ ਨੇ। ਇਹ ਸਾਡੀ ਆਪਣੀ ਪ੍ਰਾਪਰਟੀ, ਸਾਡੀ ਕਿਹੜਾ ਆਪਣੀ ਨਿੱਜੀ ਜਾਇਦਾਦ ਹੈ, ਗੁਰੂ ਸਾਹਿਬ ਦੀ ਜਾਇਦਾਦ ਹੈ। ਗੁਰਦੁਆਰਾ ਸਾਹਿਬ ਦੇ ਪਿੱਛੇ ਜਿਹੜੀ ਗਲੀ ਆ ਉਹ ਛੱਡੀ ਗਈ ਸੀ ਗੁਰਦੁਆਰਾ ਸਾਹਿਬ ਦੇ ਪਿਛਲੇ ਗੇਟ ਵਾਸਤੇ, ਉਹ ਦੁਬਾਰਾ ਕਹਿੰਦੇ ਇਹ ਦੇ ਦਿੰਦੇ ਕੋਈ ਰਿਕਾਰਡ ਦੇਣ, ਇਹ ਰਿਕਾਰਡ ਇਹਨਾਂ ਕੋਲ ਕੁਛ ਨਹੀਂ ਹੈਗਾ, ਕੁਛ ਵੀ ਨਹੀਂ ਹੈ। ਅਸੀਂ ਹੁਣ ਪੁਲਿਸ ਡਿਪਾਰਟਮੈਂਟ ਵੀ ਲਾ ਐਂਡ ਆਰਡਰ ਦਾ ਖਤਰਾ ਹੈ। ਅਸੀਂ ਹੁਣ ਜਿਹੜੀ ਹੈ ਸਾਡੀ ਜਿੰਨੇ ਇੱਧਰ ਥਾਂ ਹੈਗੀ ਆ ਇਹਨਾਂ ਦੀ ਰਿਕੁਐਸਟ ਕਰਨ 'ਤੇ, ਅਸੀਂ ਇੱਧਰ ਪਾਸੇ ਜਿੱਧਰ ਸਾਡਾ ਹੈਗੀ ਗਲੀ ਇਹਨਾਂ ਦੀ 8 ਫੁੱਟ ਬਣੀ ਹੋਈ, ਉਹਦੇ ਨਾਲ ਅਸੀਂ ਇਹਨਾਂ ਨੂੰ ਹੋਰ 1 ਫੁੱਟ ਜਗ੍ਹਾ ਛੱਡ ਕੇ ਅਸੀਂ ਸਾਡੀ ਲੇਬਰ ਜਿਹੜੀ ਹੈਗੀ ਸਾਡੇ ਸਾਰੇ ਸਾਡੀ ਨਿਗਰਾਨੀ ਹੇਠ ਕੰਮ ਚੱਲੂਗਾ। ਕੱਲ੍ਹ ਨੂੰ ਪ੍ਰਧਾਨ ਸਾਹਿਬ ਦੀ ਮੀਟਿੰਗ ਹੈ ਇੱਥੇ ਬਜਟ ਦੀ, GNE ਦੇ ਵਿੱਚ, ਉਹਦੇ ਵਿੱਚ ਇਹ ਵੀ ਆ ਜਾਣ
ਜੇ ਲੋਕਲ ਕਮੇਟੀ ਵੀ ਆਜੂਗੀ, ਜੋ ਫੈਸਲਾ ਪ੍ਰਧਾਨ ਸਾਹਿਬ ਕਰਨਗੇ ਜਾਂ ਸਾਡੇ ਉੱਥੋਂ ਦੀ ਅਧਿਕਾਰੀ ਸਾਹਿਬਾਨ ਕਰਨਗੇ, ਉਹਨਾਂ ਨੂੰ ਪਾਲਣਾ ਕੀਤੀ ਜਾਊਗੀ। ਲੇਕਿਨ ਇਹਨਾਂ ਨੂੰ ਮੇਰੀ ਰਿਕੁਐਸਟ ਹੈ ਵੀ ਇਹ ਗੁਰੂ ਘਰ ਦੀ ਜਿਹੜੀ ਆੜ ਦੇ ਵਿੱਚ ਅਸੀਂ ਆਪਣੀਆਂ ਕਈ ਵਾਰੀ ਰੋਟੀਆਂ ਸੇਕਣ ਦੀ ਗੱਲ ਕਰ ਰਹੇ, ਉਹ ਨਹੀਂ ਹੋਣੀ ਚਾਹੀਦੀਆਂ। ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਜੋ ਇਹਨਾਂ ਦਾ ਰਾਈਟ ਬਣਦਾ ਉੱਥੇ ਤੱਕ ਸੀਮਤ ਰਹਿਣ ਇਹ, ਹੈ ਨਾ। ਬਹੁਤ ਬਹੁਤ ਧੰਨਵਾਦ। ਮੈਂ ਹਰਪਾਲ ਸਿੰਘ ਜੱਲਾ, ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਗੁਰਦੁਆਰਾ ਮਾਤਾ ਗੁਜਰੀ ਸਾਹਿਬ ਦਾ ਮਾਮਲਾ SGPC ਨੇ ਬਹੁਤ ਅੱਗੇ ਪਹੁੰਚਾ ਦਿੱਤਾ। ਅਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਲਈ ਰਾਹ ਛੱਡਣ ਦੀ ਬੇਨਤੀ ਕੀਤੀ ਸੀ, ਪਰ ਇਹਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਨੂੰ ਚੰਨ ਵਿੱਚ ਮੈਂ ਬੇਨਤੀ ਕਰਦਾ, ਭਈਆ ਸਾਡਾ ਗੁਰਦੁਆਰਾ ਮਾਤਾ ਗੁਜਰੀ ਸਾਹਿਬ ਦਾ ਜੋ ਮਸਲਾ ਹੈ, ਇਹ ਮਸਲਾ ਬਹੁਤ ਵੱਡਾ ਉੱਪਰ ਉੱਠ ਗਿਆ, ਕਿਉਂਕਿ ਸਾਡੇ ਗੁਰਦੁਆਰਾ ਸਾਹਿਬ ਨੂੰ ਇੱਕ ਮੇਨ ਰਸਤਾ ਸੀ, ਉਹ ਜੋ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਨੇ ਆਪਣੇ ਇੱਕ ਬਾਉਂਡਰੀ ਮਾਰਨੀ ਸ਼ੁਰੂ ਕਰਤੀ ਆ। ਇਹ ਗੁਰਦੁਆਰਾ ਅਸੀਂ ਹੱਥ ਜੋੜ ਜੋੜ ਕੇ ਇਹਨਾਂ ਨੂੰ ਦੁਬਾਰਾ ਬੇਨਤੀ ਕੀਤੀ ਸੀ, ਭਾਈ ਵੀ ਸਾਡੇ ਗੁਰਦੁਆਰਾ ਸਾਹਿਬ ਨੂੰ ਇੱਕ ਰਸਤਾ ਜ਼ਰੂਰ ਛੱਡਿਆ ਜਾਵੇ। ਇਹਨਾਂ ਨੇ ਸਾਡੀਆਂ ਬੇਨਤੀਆਂ ਨੂੰ ਠੁਕਰਾਉਂਦੇ ਹੋਏ ਉਸ ਜਗ੍ਹਾ 'ਤੇ ਅੱਜ ਕੰਧ ਕੱਢਤੀ ਆ, ਜਿਹਦੇ ਵਿੱਚ ਸਾਡੇ ਸਿੰਘਾਂ ਦੇ ਸੱਟਾਂ ਲੱਗੀਆਂ। ਮਾਣਯੋਗ ਸਾਡੀਆਂ ਮਾਣਾਂ ਮਾਵਾਂ ਅਤੇ ਭੈਣਾਂ ਦੀਆਂ ਇਹਨਾਂ ਨੇ ਬੇਨਤੀ ਵੀ ਕੀਤੀ ਹੈ, ਅਤੇ ਮੈਂ ਇਹ ਚਾਹੁੰਦਾ ਵੀ ਸਾਰੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਇਹ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਜੇ ਹਰਕਤਾਂ ਕਰਦੇ ਆ ਤਾਂ ਵੀ ਸੰਗਤ 'ਤੇ ਕੀ ਅਸਰ ਪਊਗਾ, ਇਹ ਬਹੁਤ ਮਾੜੀ ਅਤੇ ਮੰਦਭਾਗੀ ਘਟਨਾ ਆ। ਮੈਂ ਚਾਹੁੰਦਾ ਇਹ ਸੰਗਤ ਨੂੰ ਇਹ ਕੰਮ ਸ਼੍ਰੋਮਣੀ ਕਮੇਟੀ ਨੂੰ ਨਹੀਂ ਕਰਨਾ ਚਾਹੀਦਾ, ਇਹ ਸਾਡੇ ਨਾਲ ਸਹਿਯੋਗ ਦੇਣਾ ਚਾਹੀਦਾ। ਇਹ ਗੁਰੂ ਘਰ ਦੀ ਜਗ੍ਹਾ ਹੈ, ਗੁਰੂ ਘਰ ਨੂੰ ਦਿੱਤੀ ਜਾਣੀ ਚਾਹੀਦੀ ਆ। ਸਾਡੀ ਹੱਥ ਜੋੜ ਕੇ ਬੇਨਤੀ ਆ ਭਾਈ, ਇਹ ਸਾਡੀ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। SHO ਕੁਲਵੰਤ ਸਿੰਘ ਨੇ ਕਿਹਾ ਕਿ 17 ਕਿੱਲੇ ਜ਼ਮੀਨ SGPC ਦੀ ਹੈ, ਜਿਸ ਤੇ ਲੋਕਾਂ ਨੇ ਮਕਾਨ ਬਣਾ ਲਏ, ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਸਥਾਨਕ ਲੋਕ SGPC ਪ੍ਰਧਾਨ ਕੋਲ ਗਏ ਨੇ, ਜਿਸ ਤੇ ਕੱਲ ਵਿਚਾਰ ਕੀਤਾ ਜਾਏਗਾ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਵਾਦ ਨਹੀਂ ਹੋਣ ਦਿੱਤਾ ਜਾਏਗਾ। ਨਹੀਂ, ਸ਼੍ਰੋਮਣੀ ਕਮੇਟੀ ਦਾ ਨਹੀਂ ਰੌਲਾ ਪਿਆ। ਸ਼੍ਰੋਮਣੀ ਕਮੇਟੀ ਦੀ ਬੇਸਿਕਲੀ ਇਹ 17 ਕਿੱਲੇ ਆਪਣੀ ਜ਼ਮੀਨ ਆ, ਉਹਦੇ ਆਲੇ ਦੁਆਲੇ ਲੋਕੈਲਿਟੀ ਬਣ ਗਈ, ਲੋਕਾਂ ਦਾ ਉਜਰ ਆ ਕੇ ਇਹਦੇ ਦੁਆਲੇ ਜਿਹੜੇ ਰਸਤੇ ਨੇ ਉਹ ਖੁੱਲ੍ਹੇ ਕਰ ਦਿੱਤੇ ਜਾਣ। ਦੋ ਸਾਈਡਾਂ 'ਤੇ ਦੁਆਰਾਂ ਹੋ ਗਈਆਂ ਨੇ, ਤੀਜੀ ਸਾਈਡ 'ਤੇ ਦੁਆਰ ਹੋ ਰਹੀ ਸੀ, ਉੱਥੇ ਗੁਰਦੁਆਰਾ ਸਾਹਿਬ ਬਣਿਆ ਮਾਤਾ ਗੁਜਰੀ ਸਾਹਿਬ ਦਾ, ਅਤੇ ਜਿਹੜੇ ਲੋਕੈਲਿਟੀ ਦੇ ਲੋਕਲ ਇੱਥੇ ਦੇ ਮੈਂਬਰ ਨੇ ਜਾ ਕੇ ਆਪਣਾ ਇੱਕ ਮੈਮੋਰੈਂਡਮ ਲੌਂਗੋਵਾਲ ਸਾਹਿਬ ਜਿਹੜੇ ਪ੍ਰਧਾਨ ਨੇ SGPC ਉਹਨਾਂ ਨੂੰ ਦੇ ਕੇ ਆਏ ਨੇ, ਅਤੇ ਉਹਨਾਂ ਦੀ ਇੱਥੇ ਕੱਲ੍ਹ GNE ਦੇ ਵਿੱਚ ਮੀਟਿੰਗ ਆ, ਅਤੇ ਉੱਥੇ ਲੋਕਲ ਮੈਂਬਰ ਜਾਣਗੇ, ਆਪਣਾ ਉਜਰ ਉੱਥੇ ਕਰਨਗੇ, ਜੋ ਵੀ ਉੱਥੇ ਇਹਨਾਂ ਨੇ ਵਿਚਾਰ ਵਟਾਂਦਰਾ ਕਰਕੇ ਆਪਣਾ ਕਰਨਾ ਉਹ ਫਾਈਨਲ ਹੋਊਗਾ। ਅਤੇ ਲੋਅ ਐਂਡ ਆਰਡਰ ਦੀ ਪ੍ਰੋਬਲਮ ਆ ਸਾਡੀ, ਜਿਹੜੀ ਮੇਨ ਜ਼ਿੰਮੇਵਾਰੀ ਆ, ਲੋਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਹੀਂ, ਸਾਰਾ ਕੁਝ ਪੀਸਫੁਲ ਆ। ਨਹੀਂ, ਮਾਰ ਕੁੱਟ ਵਾਲੀ ਜਿਹੜੀ ਗੱਲ ਆ ਗਈ ਉਹਨਾਂ ਨੂੰ, ਜੇ ਮੇਰੇ ਕੋਲ ਇਸ ਗੱਲ ਦੀ ਕੋਈ ਇਨਫੋਰਮੇਸ਼ਨ ਨਹੀਂ, ਜੇ ਕੋਈ ਸਾਡੇ ਕੋਲ ਮੈਡੀਕਲ ਵਗੈਰਾ ਆਉਂਦਾ ਤਾਂ ਜੋ ਬਣਦੀ ਕਾਰਵਾਈ ਹੈ ਜਿਹਦੇ ਖਿਲਾਫ਼ ਆ ਗਈ ਉਹ ਸਟੇਟਮੈਂਟ ਦੇਣਗੇ, ਉਹਦੇ ਖਿਲਾਫ਼ ਕਰ ਦਿੱਤੀ ਜਾਵੇ। ਅੱਛਾ, ਉਹਨਾਂ ਦੇ ਆਰੋਪ ਇਹ ਹੈ ਕਿ ਜਿੱਥੇ ਗਲੀ ਹੁੰਦੀ ਸੀਗੀ ਜਿਹੜੀ, ਉਹ ਵੀ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਗਈ ਸੀ ਵੀ ਉਹ ਗਲੀ ਨੂੰ ਪੱਟ ਦਿੱਤਾ ਗਿਆ, ਕਿ ਉਹ ਜਿਹੜਾ ਸਾਰਾ ਰਾਸਤਾ ਹੈਗਾ ਉਹਨਾਂ ਦਾ ਗੁਰਦੁਆਰਾ ਸਾਹਿਬ ਨੂੰ ਬਿਲਕੁਲ ਰਾਸਤਾ ਹੀ ਨਹੀਂ। ਇਹਦੇ ਬਾਰੇ ਤਾਂ ਜਿਹੜੀ ਕੋਈ ਵਰਸ਼ਨ ਆ ਉਹ SGPC ਦੇ ਅਧਿਕਾਰੀ ਦੇ ਸਕਦੇ ਨੇ, ਮੈਨੂੰ ਰੈਵਨਿਊ ਦੇ ਅਕੋਰਡਿੰਗਲੀ ਪਤਾ ਨਹੀਂ ਵੀ ਇੱਥੇ ਗਲੀ ਸੀ ਜਾਂ ਨਹੀਂ ਹੈ, ਆਈ ਡੋਂਟ ਨੋ। ਇਸ ਮੌਕੇ ਮੌਜੂਦਾ ਕੌਂਸਲਰ ਹਰਵਿੰਦਰ ਸਿੰਘ ਨੇ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਿੱਖ ਆਪਸ ਵਿੱਚ ਹੀ ਉਲਝ ਕੇ ਅਜਿਹੀਆਂ ਸ਼ਰਮਨਾਕ ਹਰਕਤਾਂ ਕਰ ਰਹੇ ਨੇ। ਇਹ ਜਿਹੜਾ ਮਾਮਲਾ ਅੱਜ ਜੀ ਸ਼ਿਮਲਾਪੁਰੀ ਦੁਸਹਿਰਾ ਗਰਾਊਂਡ ਦੇ ਵਿੱਚ ਜਿਹੜੀ ਘਟਨਾ ਹੋਈ ਆ, ਜਿਹੜਾ ਇੱਥੇ ਸਿੱਖਾਂ ਦੀਆਂ ਪੱਗਾਂ ਲਈਆਂ ਤੇ ਬੀਬੀਆਂ ਦੇ ਨਾਲ ਤਸ਼ੱਦਦ ਕੀਤਾ ਗਿਆ, ਇਹ ਇੱਕ ਬਹੁਤ ਵੱਡੀ ਮੰਦਭਾਗੀ ਘਟਨਾ ਆ ਕਿ ਜਿਹੜੀ ਕਿ ਇੱਕ ਗੁਰਦੁਆਰਾ ਕਮੇਟੀ ਦੇ ਨਾਲ ਲੜ ਰਹੀ ਆ, ਲੋਕਲ ਗੁਰਦੁਆਰਾ ਕਮੇਟੀ SGPC ਦੇ ਨਾਲ ਲੜ ਰਹੀ ਆ, ਔਰ ਇੱਕ ਸਿੱਖ ਨਾਲ ਲੜ ਰਿਹਾ, ਔਰ ਇੱਕ ਸਿੱਖ ਦੂਜੇ ਸਿੱਖ ਦੀਆਂ ਪੱਗਾਂ ਲਾ ਰਿਹਾ, ਇਹ ਇਸ ਤੋਂ ਵੱਡੀ ਮੰਦਭਾਗੀ ਘਟਨਾ, ਉਹ ਵੀ ਸਾਡੇ ਪੰਜਾਬ 'ਚ। ਅਸੀਂ ਵਿਦੇਸ਼ਾਂ ਦੇ ਵਿੱਚ ਪੱਗਾਂ ਦੇ ਲਈ ਲੜ ਰਹੇ ਹਾਂ, ਔਰ ਸਾਡੇ ਪੰਜਾਬ ਦੇ ਵਿੱਚ ਸਿੱਖ ਹੀ ਸਿੱਖ ਦੀਆਂ ਪੱਗਾਂ ਲਾ ਰਿਹਾ, ਇਸ ਤੋਂ ਵੱਡੀ ਮੰਦਭਾਗੀ ਘਟਨਾ ਨਹੀਂ ਹੋ ਸਕਦੀ। ਅੱਜ SGPC ਵੱਲੋਂ ਅਲੱਗ ਅਲੱਗ ਗੁਰਦੁਆਰਿਆਂ ਤੋਂ ਬੰਦੇ ਇਕੱਤਰ ਕਰਕੇ, ਜਿਹੜੇ ਪੇਡ ਸੀਗੇ ਇਹਨਾਂ ਨੇ ਇਕੱਤਰ ਕਰਕੇ ਟਰਾਲੀਆਂ 'ਚ ਡਾਂਗਾ ਭਰ ਕੇ ਲੈ ਕੇ ਆਏ ਆ, ਔਰ ਜਿਹੜੇ ਲੋਕਲ ਸੰਗਤਾਂ ਸੀਗੀਆਂ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ, ਡਾਂਗਾ ਮਾਰੀਆਂ, ਇੱਥੋਂ ਤੱਕ ਕਿ ਜਿਹੜੇ ਸੈਕਟਰੀ ਸੀਗਾ ਗੁਰਦੁਆਰੇ ਦਾ ਉਹਦਾ ਸਿਰ ਪਾੜਿਆ, ਉਹਦੀ ਬਾਂਹ ਤੱਕ ਵੀ ਫ੍ਰੈਕਚਰ ਹੋਈ ਆ। ਇਸ ਤੋਂ ਵੱਡੀ ਮੰਦਭਾਗੀ ਘਟਨਾ ਅੱਜ ਤੱਕ ਮੈਂ ਇੰਨੇ ਸਾਲਾਂ ਤੋਂ ਕਦੀ ਨਹੀਂ ਦੇਖੀ, ਅਤੇ ਜਿਹੜੀ ਗੁਰਦੁਆਰਾ ਸਾਹਿਬ ਨੂੰ ਪ੍ਰੋਪਰਟੀ ਜਿਹੜੀ ਹੈ, ਸਾਹਮਣੇ ਪ੍ਰੋਪਰਟੀ ਆ, ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਅਤੇ ਗਿੱਲਾਂ ਕਮੇਟੀ ਇਹਦੇ ਵਿੱਚ ਆ, ਔਰ ਲੋਕਲ ਕਮੇਟੀ ਆ। ਕੀ ਲੋਕਲ ਕਮੇਟੀ ਨੂੰ ਇਹਨਾਂ ਨੇ ਗਲੀ ਤਾਂ ਕੀ ਦੇਣੀ ਆ, ਵੀ ਜਾਣੀ ਕਿ ਕੋਈ ਇੱਕ ਏਕੜ ਜਗ੍ਹਾ ਦੇ ਦਿੰਦੇ, 17 ਏਕੜ ਜਗ੍ਹਾ ਆ, ਜਿਹਦੇ 'ਚੋਂ ਇੱਕ ਏਕੜ ਜਗ੍ਹਾ ਦੇ ਦਿੰਦੇ 'ਚ ਪਾਰਕਿੰਗ ਬਣ ਸਕਦੀ ਸੀ ਗੁਰਦੁਆਰੇ ਦੀ, ਕੱਲ ਨੂੰ ਕੋਈ ਵੀ ਕੋਈ ਫੰਕਸ਼ਨ SGPC ਦੇ ਪ੍ਰਧਾਨ ਦੇ ਧਿਆਨ ਹੈ ਤੇ ਮਾਮਲਾ ਲੈਂਦਾ। ਗੁਰਦੁਆਰਾ ਕਮੇਟੀ ਅੱਜ ਸਵੇਰੇ ਗਈ ਆ, SGPC ਦੇ ਪ੍ਰਧਾਨ ਹੇਰ ਮਾਮਲਾ ਲੈ ਕੇ ਆਂਦਾ ਸੀ, ਪਰ ਉਹਨਾਂ ਨੇ ਕਿਹਾ ਜੀ ਅਸੀਂ ਕੰਮ ਬੰਦ ਕਰਾਤਾ, ਪਰ ਇੱਥੇ ਕੋਈ ਕੰਮ ਬੰਦ ਨਹੀਂ ਹੋਇਆ।
ਉਸੇ ਤਰੀਕੇ ਦੇ ਨਾਲ ਕੰਮ ਚੱਲ ਰਿਹਾ। ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕੀਤੀ ਸੀ, ਉਹਨਾਂ ਨੇ ਵੀ ਜਿਸ ਵੱਡੀ ਗਿਣਤੀ ਦੇ ਵਿੱਚ HEPC ਦੇ ਆਏ ਹੋਏ ਆ ਕਿਰਪਾਨਾਂ ਲੈ ਕੇ ਤੇ ਡਾਂਗਾ ਲੈ ਕੇ, ਉਸ ਗਿਣਤੀ ਦੇ ਵਿੱਚ ਪੁਲਿਸ ਨਹੀਂ ਇੱਥੇ ਪਹੁੰਚੀ। ਇੱਥੇ ਕੋਈ ਵੀ ਹਾਦਸਾ ਵਾਪਰ ਸਕਦਾ, ਕਿਸੇ ਦੀ ਜਾਨ ਵੀ ਜਾ ਸਕਦੀ ਆ, ਕਿਉਂਕਿ ਗੁਰਦੁਆਰੇ ਦਾ ਜਿਹੜਾ ਗੇਟ ਆ ਇਹਨੂੰ ਇਸ ਨੂੰ ਬੰਦ ਕਰਨਾ ਉਹ ਵੀ ਗੁਰਦੁਆਰੇ ਦੀ ਕਮੇਟੀ ਬੰਦ ਕਰੇ, ਜਿਹੜੀ ਕਿ ਸਾਡੀ ਸਰਵਉੱਚ ਅਸੀਂ ਮੰਨਦੇ ਹਾਂ HEPC ਨੂੰ, ਉਹ ਜੇਕਰ ਆ ਕੇ ਸਾਡੇ ਲੋਕਲ ਗੁਰਦੁਆਰੇ ਦੇ ਗੇਟ ਬੰਦ ਕਰੇ, ਇਸ ਤੋਂ ਵੱਡੀ ਮੰਦਭਾਗੀ ਘਟਨਾ ਨਹੀਂ ਹੋ ਸਕਦੀ। ਔਰ ਜਿੱਥੇ ਇੰਟਰਲੋਕਿੰਗ ਟੈਲਾਂ ਲਾ ਕੇ ਗਲੀ ਬਣੀ ਹੋਈ ਸੀ, ਸੀਵਰੇਜ ਪਿਆ ਹੋਇਆ ਸੀ, ਉਹ ਗਲੀ ਨੂੰ ਅੱਜ ਬੰਦ ਕੀਤਾ ਜਾ ਰਿਹਾ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।